जिस बंदे ते तुसी परचे दे रहे हो चार जिन्हों तुसी अरेस्ट कर रहे हो मुड़ के ओदे नाल जाके कि लिटीगेशन ना होवे कोर्ट च जाके फैसला कर रहे ते इहनू की कहने हो भाई इहनू मिली भुगती कहने हां। मैं धनवादी हाँ चौधरी साहब का जिन्होंने आपके मूँह कबूल लिया। जे बंदा इहदी उम्र हले आपकी धी का पला फड़ाउण दा होवे ਉਹ ਧੀ ਦਾ ਪੱਲਾ ਤਾਂ ਫੜਾਵੇ ਨਾ ਹੋਰ ਧੀ ਦੀ ਉਮਰ ਦਾ ਪੱਲਾ ਫੜ ਲਿਆਵੇ ਉਹ ਗੱਲਾਂ ਮੈਨੂੰ ਕਰੂਗਾ। ਮੇਰੇ 'ਤੇ ਜੇ ਮੈਨੂੰ ਕਹਿੰਦਾ ਨਾ ਰਿਪੋਰਟਾਂ ਖੁੱਲ੍ਹ ਜਾਣਗੀਆਂ ਜਾ ਜੇ ਆਪਦੇ ਤੂੰ ਪਿਓ ਦਾ ਖੋਰ ਰਿਪੋਰਟ ਦੇ ਮਜੀਠੀਏ 'ਤੇ ਕਾਰਵਾਈ ਪਰਚਾ ਮਜੀਠੀਆ ਇੱਥੇ ਝੱਲੂ ਤੇਰਾ ਸਤਿੰਦਰ ਜੈਨ ਤਾਂ ਅੰਦਰ ਪਿਆ ਉਹ ਬੋਲੀ ਜਾਵੇ ਜੋ ਮਰਜ਼ੀ ਮਜੀਠੀਆ ਪੁੱਛ ਕੇ ਬੋਲੇ ਕਿ ਤੇਰੇ ਤੋਂ ਮੈਨੂੰ ਹਰੀ ਝੰਡੀ ਲੈਣੀ ਪੈਣੀ ਹੈ। ਹਾਈ ਕੋਰਟ ਨੇ ਦਿੱਤੀ ਆ ਤੇਰੇ ਭਾਪੇ ਕੇਜਰੀਵਾਲ ਨੇ ਨਹੀਂ ਮੈਨੂੰ ਬੇਲ ਦਿੱਤੀ। ਉਹੀ ਝੰਡਾ ਨਾ ਤੂੰ ਜਿਹਨੂੰ ਮਜੀਠੀਏ ਨੇ ਟੋਲ ਟੈਕਸ 'ਚ ਜਦੋਂ ਤੂੰ 6 ਵਜੇ ਸਵੇਰੇ ਸ਼ਰਾਬ ਪੀਤੀ ਸੀ ਅਤੇ ਤੈਨੂੰ ਡੇਰਾਬਸੀ ਦੇ ਟੋਲ ਟੈਕਸ ਤੋਂ ਛਡਾਇਆ ਸੀ SSP ਨੂੰ ਕਹਿ ਕੇ ਅੱਜ ਮੈਨੂੰ ਗੱਲਾਂ ਕਰਦਾ। ਮੈਨੂੰ ਕਿਸੇ ਰਿਪੋਰਟ ਦਾ ਕੋਈ ਚੜੀ ਲੱਥੀ ਨਹੀਂ। ਸਾ ਜਿੱਤ ਸੱਚਾਈ ਦੀ ਹੋਣੀ ਪਹਿਲਾਂ ਦੀ ਰਿਪੋਰਟ ਦਾ ਫੈਸਲਾ ਹਾਈ ਕੋਰਟ ਨਹੀਂ ਦਿੱਤਾ। ਹੋ ਕੇ ਬੋਲੂ ਸੱਚ ਬੋਲਦਾ ਬੇਖੌਫ ਹੋ ਕੇ ਬੋਲੂ ਅਤੇ ਜੋਧਰ ਜ਼ੋਰ ਲੱਗਦਾ ਝੰਡਿਆ ਜ਼ੋਰ ਲਾ ਲਾ ਕਿ ਜਿਹੜੇ ਕੱਟਰ ਬੇਈਮਾਨ ਸਰਕਾਰ ਔਰ ਮੈਂ ਅੱਜ ਕਹਿ ਸਕਦਾ ਕਿ ਇਹ ਭਗਵੰਤ ਸਿੰਘ ਮਾਨ ਦੀ ਸਰਕਾਰ ਨਹੀਂ ਇਹ ਬੇਈਮਾਨ ਸਿੰਘ ਮਾਨ ਦੀ ਸਰਕਾਰ। ਇਹ ਕਿਸ ਤਰੀਕੇ ਨਾਲ ਝੂਠ ਬੋਲਦੇ ਆ ਅਤੇ ਸਮਝਦੇ ਆ ਕਿ ਸਾਰੇ ਇਹਨਾਂ ਵਾਂਗੂ ਕਿੱਥੇ ਅਨਪੜ੍ਹ ਆ ਇਹਨਾਂ ਨੂੰ ਸਮਝ ਕੁਛ ਨਹੀਂ ਆਉਂਦੀ। ਵੈਸੇ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਹਾਰੇ ਹੋਏ ਜਰਨੈਲ ਵੀ ਇੰਨਾ ਦਿਮਾਗ 'ਤੇ ਬੋਝ ਪਾ ਸਕਦੇ ਆ ਮੈਂ ਕਦੇ ਸੋਚ ਨਹੀਂ ਸਮਝਦਾ ਸੀ। ਕੱਲ੍ਹ ਪ੍ਰੈਸ ਕਾਨਫਰੰਸ ਕਰਨ ਗਏ ਮਾਈਨਿੰਗ ਦੀ ਸ਼ੁਰੂਆਤ ਦੀ ਅਤੇ ਸਾਰੀ ਪ੍ਰੈਸ ਤਾਂ ਮਜੀਠੇ 'ਤੇ ਹੀ ਜ਼ੋਰ ਲਾ ਛੱਡਿਆ ਸਾਰਾ। ਇੱਕ ਪਾਸਿਓਂ ਕਹੀ ਜਾਂਦਾ ਹਾਰਿਆ ਹੋਇਆ ਜਰਨੈਲ, ਚੱਲ ਤੂੰ ਭਾਊ ਜਰਨੈਲ ਤਾਂ ਮੰਗਿਆ ਨਾ ਮੰਨਿਆ ਸਾਨੂੰ ਅਸੀਂ ਨਹੀਂ ਮੰਨਦੇ ਆਪਦੇ ਅਸੀਂ ਤਾਂ ਝਾੜੂ ਬਰਦਾਰ ਹਾਂ ਲੋਕਾਂ ਦੇ, ਮਗਰ ਮਨ 'ਤੇ ਇਸ ਤਰੀਕੇ ਦਾ ਹਾਰਾ ਹੋਇਆ ਬੰਦਾ ਤੇਰੇ ਦਿਮਾਗ 'ਤੇ ਐਡਾ ਬੋਝ ਪਾ ਦੇਵੇ ਕਿ ਤੂੰ ਸਾਰੀ ਪ੍ਰੈਸ ਕਾਨਫਰੰਸ ਹੀ ਮੇਰੇ 'ਤੇ ਜ਼ੋਰ ਲਾ ਛੱਡੀ। ਮੈਨੂੰ ਨਹੀਂ ਪਤਾ ਸੀਗਾ, ਮੈਨੂੰ ਭੁਲੇਖਾ ਸੀ ਕਿ ਅਸ਼ੋਕ ਚਾਂਡਕ ਅਤੇ ਰਕੇਸ਼ ਚੌਧਰੀ ਦੀ ਨੇੜਤਾ ਕੇਵਲ ਅਤੇ ਕੇਵਲ ਛੱਲੇ ਨਾਲ ਸੀ ਜਾਂ ਕਾਂਗਰਸ ਪਾਰਟੀ ਨਾਲ ਸੀ। ਛੱਲਾ ਤਾਂ ਸਮਝਦੇ ਹੋ ਨਾ, ਚੰਨੀ ਹਨੀ ਮਨੀ ਚੰਨੀ, ਇਹਨਾਂ ਨਾਲ ਨੇੜਤਾ ਸੀ ਸਾਨੂੰ ਸਭ ਨੂੰ ਇਹੀ ਭੁਲੇਖਾ ਸੀ ਜਨਵਰੀ ਤੱਕ। ਔਰ ਜਦੋਂ ਪ੍ਰੈਸ ਕਾਨਫਰੰਸ ਹੋਈ ਇਹ ਤਾਂ ਭੁੱਲ ਗਏ ਆ, ਇਹਨੇ ਖਾਧੀ ਪੀਤੀ ਹੋਣੀ ਮੁੱਖ ਮੰਤਰੀ ਨੇ ਝੰਡੇ ਨੇ ਇਹ ਭੁੱਲ ਗਿਆ, ਮਗਰ ਹਰਪਾਲ ਚੀਮਾ ਨੇ ਅਤੇ ਉਹ ਰਾਘਵ ਚੱਡੇ ਦੀ ਖਬਰ ਵਿਖਾਈ ਭਾਈ ਇੱਥੇ ਜਿਹੜਾ ਉਹ ਗਿਆ ਸੀ ਮਾਈਨਿੰਗ ਸਾਈਟ 'ਤੇ, ਮੈਂ ਫੇਰ ਵਿਖਾ ਰਿਹਾ। ਔਰ ਕੱਲ੍ਹ ਮੈਨੂੰ ਜੋ ਪਤਾ ਲੱਗਿਆ ਰਾਘਵ ਚੱਡਾ ਉਹਦੇ ਨਾਲ ਬੈਠੇ ਸਨ। ਰਾਘਵ ਚੱਡਾ ਚਮਕੌਰ ਸਾਹਿਬ ਜਾਂਦੇ ਆ ਔਰ ਚਮਕੌਰ ਸਾਹਿਬ ਜਾ ਕੇ ਇੱਕ ਮਾਈਨ 'ਤੇ ਰੌਲਾ ਪਾਉਂਦੇ ਆ ਕਿ ਇੱਥੇ ਫੋਰੈਸਟ 'ਚ ਮਾਈਨਿੰਗ ਹੋ ਰਹੀ ਆ, ਇਲੀਗਲ ਮਾਈਨਿੰਗ ਹੋ ਰਹੀ ਆ, ਵਿਦਆਊਟ ਇਨਵਾਇਰਮੈਂਟਲ ਕਲੀਅਰੈਂਸ ਹੋ ਰਹੀ ਆ, ਗੁੰਡਾ ਟੈਕਸ ਲਿਆ ਜਾ ਰਿਹਾ ਔਰ ਇਲਜ਼ਾਮ ਕੀਤੇ ਲਾਉਂਦੇ ਆ ਰਕੇਸ਼ ਚੌਧਰੀ 'ਤੇ ਅਤੇ ਚਰਨਜੀਤ ਸਿੰਘ ਚੰਨੀ ਛੱਲੇ 'ਤੇ। ਹੁਣ ਇਹ ਹੈ ਕਿਹਦੇ ਕੋਲ ਚਮਕੌਰ ਸਾਹਿਬ ਦੀਆਂ ਸਾਈਟਾਂ? ਰਕੇਸ਼ ਚੌਧਰੀ ਕੋਲ, ਆਪ ਅਲੋਟਮੈਂਟ ਹੋਈ ਹੋਈ ਹੈ। ਮੈਨੂੰ ਬੜੀ ਹੈਰਾਨਗੀ ਹੋਈ ਕਿ CM ਐਡਾ ਬੇਵਕੂਫ, ਮਤਲਬ ਝੂਠ ਮਾਰਦਿਆਂ ਵੀ ਇਹਨੂੰ ਗੱਮ ਦੀ ਸਮਝ ਨਹੀਂ ਆ ਰਹੀ ਕਿ ਭਾਈ ਤੂੰ ਮੇਰੇ 'ਤੇ ਐਡਾ ਗਿਲਾ ਕਰੀ ਜਾਂਦਾ। ਆਹ ਤੇਰਾ ਰਾਘਵ ਚੱਡਾ ਵੀ ਰੌਲਾ ਪਾਉਂਦਾ ਸੀ, ਭਗਵੰਤ ਮਾਨ ਤਾਂ ਘੱਟ ਬੋਲਿਆ ਹੈ, ਮਗਰ ਕੱਲ੍ਹ ਮਲਵਿੰਦਰ ਕੰਗ ਸਾਹਿਬ ਜਾਂ ਇਹਨਾਂ ਦਾ ਆਪ ਦਾ ਹੋਰ ਕੋਈ ਸਪੋਕਸਪਰਸਨ ਨਹੀਂ ਮਿਲਿਆ, ਕੱਲ੍ਹ ਰਕੇਸ਼ ਚੌਧਰੀ PC ਕਰ ਰਿਹਾ। ਹੁਣ ਮੈਨੂੰ ਜੋ ਜਿਵੇਂ ਤੁਸੀਂ ਮੇਰੇ ਸੱਜਣ ਹੋ ਨਾ, ਕਿਉਂਕਿ ਮੈਂ ਵੀ ਤੁਹਾਡਾ ਸਮੁੱਖ ਸਿੱਖ ਸੇਵਾਦਾਰ ਰਿਹਾ, ਮਹਿਕਮੇ ਦਾ ਵਜ਼ੀਰ ਰਿਹਾ, ਹੁਣ ਤੂੰ ਮਾੜੀ ਮੋਟੀ ਤਾਂ ਆਪਣੀ ਸਾਂਝ ਹੈ ਨਾ, ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਨੇ। ਮੈਂ ਕਈਆਂ ਨੂੰ ਪੁੱਛਿਆ, ਮੈਂ ਚੌਧਰੀ ਕਦੇ ਚੰਨੀ ਵੇਲੇ ਨਹੀਂ ਬੋਲਿਆ, ਹੁਣ ਬੜਾ ਤੋਤੇ ਵਾਂਗੂ ਬੋਲਣ ਡਿਆ, ਕੀ ਚੱਕਰ ਕੀ ਹੋਇਆ? ਕਹਿੰਦੇ
भगवंत मान नाल सैट हो गया आप नाल सारी इंटरव्यू कल ओदियां हर चैनल ते कोई चैनल यह जा नहीं जिथे ओदी इंटरव्यू नहीं हुई किने कराई अनऑफिशियली सीएम दे दफ्तर ने करवाई आप मैनू नहीं पता चौधरी साहब थोनू बहुत बहुत वधाई वैसे मेरा थोड़े नाल तां रौला कोई नहीं मगर कदों चन्नी नू छले नू छड्या ते कदों बेईमाना नाल रल गए कदे पता तां लग जांदा खबर ही लवा देनी सी असीं भी वधाई दे दिंदे कि भाई उहने छले नाल नहीं उहने बेईमान नाल जुड़ गया भगवंत सिंह बेईमान नाल तुसीं वेखो मिली भुगती तां मैं गल कर रिहा सी जे इस बंदे ते तुसीं परचे दे रहे हो चार जिहनू तुसीं अरैसट कर रहे हो मुड़ के ओहदे नाल जा के कि लिटीगेशन ना होवे कोर्ट च जा के फैसला कर रहे ते इहनू की कहिंदे हो भाई इहनू मिली भुगती कहिंदे आ मैं धनवादी हाँ चौधरी साहब का जिन्होंने आपके मूँह कबूल लिया हाँ स्टेट कह रही है कि यह पैसा जमा करा दे 6,33,00,000 जमा करा दे सानू कोई प्रॉब्लम नहीं है काम होर चलावे फिर भाई तुसी परचा क्यों दिता इसे मिली भुगती तो मैं गल कर रहा कि गल मुक गई मियाँ बीवी राजी तो क्या करेगा काजी थोड़ा की लेन देन होया कि जिदे इलीगल माइनिंग का फॉरेस्ट माइनिंग का मुख्यमंत्री चन्नी ना रले होने का हनी मनी चन्नी ट्रैप च जिहदा नाम आया होवे उहदा तुसी कम कैंसल किया सी राघव चड्ढे ने कराया सी हाई कोर्ट की डबल बेंच की टिप्पणी सी कि गुंडा टैक्स वसूलता उस बंदे नू जेल भेजन तो बाद तुसी क्यों कम देता हाई को आ कागज हाई कोर्ट का और वह कह रहा मैं छड्डू सी मगर सरकार ने कहा नहीं तू कर ल ता मैं करदा कहिंदा मगर मैं 18-3 तक करूँ मुड़ के नहीं करूँ तो फिर गल कौन मिली भुगती हुई ना बंदे दे खिलाफ नॉन अवेलेबल वारंट होन परचा होवे ते अज फिर तुरिया फिरदा मैं FIR भी पढ़ दिंदा जी आ पढ़ लो FIR नंबर 00625012022 ओहदे च इह भगौड़े ने और इहनू सरकार इहदियां प्रैस कॉन्फ्रेंसां करा रही है इसे मिली भुगत दी मैं गल करदा सी एक चीज़ भी मैं विदाउट कागज़ नहीं गल कर रहा आ वरंट निकलिया 15/11/2022 इन द अबव नोटेड केस और हेयर बाय डायरेक्टेड टू अरेस्ट द अक्यूज राकेश कुमार चौधरी कोई स्टे नहीं कोई हाई कोर्ट नू मैं चैलेंज करदा भगवंत सिंह बेईमान नू कि हाई कोर्ट ने किथे स्टे दिता लिया के दिखाओ लोगों के सामने जनतक करो और यह भी जनतक करो कि थोड़ी सूबा सरकार ने उत्थे जाके मिली भुगत दिखाई कि नहीं थोड़ी सूबा सरकार ने की दसिया कि यह गुंडा टैक्स वसूलता थोड़ी सूबा सरकार ने दसिया कि यह बगैर एनवायरमेंटल क्लीयरेंस तो माइनिंग करता जेड़ी किसे किथे यह दसिया थोड़ी सूबा सरकार ने कि फॉरेस्ट माइनिंग कर रहा जेड़ियां शर्तां नू और वह आप कह रहे एक बार वो सुनाई कि मैं कोर्ट से जाके कल्ला ये कहा कि ब्लैकलिस्ट ना करो मैनू तुसी ब्लैकलिस्ट क्यों नहीं करना चाहते इनू पहला ट्राली जिहड़ी रवाना की हरी चंडी तो इतना विखाई वह पहला भी हरी चंडी बस में विखाई थी जी लाहौर बॉडर इतना अपना वाघा बॉडर टप्पी की बनया बस का ओह जी झंडी उन्होंने विखाती तो जिन्होंने विखाई 67,00,000 का डिफॉल्टर आ जिन्हों झंडी विखाती है कोर्ट के अंदर जाके कि सानू कोई प्रॉब्लम नहीं दे दो कम सारा इनू उत्ते पांच परचे कोर्ट ने हले ना उन्हें कोई स्टे दी है ना कोई बेल दी है मैं कहना पढ़ा दो स्टे थानू और जब स्टे एक भी कागज़ विखा दें और यह भी विखाउण कि स्टेट ने पक्ष की लिया फिर उत्थे जाके कि उहदे हक की गल की कि उहदा नशर किया कि असी की कुछ इहदे लई एक्शन लै रहे जिहदे खिलाफ़ आप राघव चड्ढा रौला पाउंदा सी अज उह बंदा चंगा किवें हो गया सुभाविक है कोई लैण देण हो गया ना कोई गल मुक गई गल मुक्की ना सजन नाल मेरी रब्बा वे तेरी रात मुक गई दस की मुक गया भाई मार्च तक तुसीं कहा जी कि इहदा मुक जाणा वा और अज वेखो कि एक किसान यूनियन वाला बंदा इसे माफिया ने लुधियाने कम किहदे कोल है लुधियाना कम है राकेश चांडक कोलों कांग्रेसी कोल देता बेचारा किसान थले आ खबर लगी हुई है उहदा शिकार होया लालड़ू होया सॉरी मगर ये कितने रोपड़ राकेश चौधरी मोहाली राकेश चौधरी उधर चांडक ये सब बंदे होने तो सीएम साहब का की है सीएम साहब कल की बोल रहे हैं मैं लगता फिर खादी पीती जो जिम्मे BMW वेले बोल रहे हैं हाँ आ सुने इतों कोई ट्राली भर के जी लेके जा रहे हैं इतना तो सीधा ही अंदाजा जी
ਜੇ ਇੱਥੋਂ ਕੋਈ ਟਰੈਕਟਰ ਟਰਾਲੀ ਲਾਈਟਾਂ ਲਾ ਕੇ ਨਿਕਲ ਰਹੀ ਹੈ ਇਹਦਾ ਮਤਲਬ ਇਲੀਗਲ ਹੈ ਕਿਉਂਕਿ ਸਾਡਾ ਜਿਹੜੇ ਖੱਡ ਹੈ ਉਹ ਸਨਲਾਈਟ ਦੇ ਵਿੱਚ ਹੀ ਅਸੀਂ ਸਨਲਾਈਟ ਚ ਧੁੱਪ ਲਵਾ ਕੇ ਦੇਖਦੀ ਹੈ ਕਹਿੰਦਾ ਫਿਰ ਇਹ ਰਾਤ ਕਿੱਥੇ ਦੇਤਾ ਬੰਦਾ ਥੱਲੇ ਵਿਚਾਰਾ ਮੈਂ ਹੁਣੇ ਪਤਾ ਲੈ ਕੇ ਆਇਆ ਤੁਹਾਡੀ ਪੀ ਸੀ ਵੜਨ ਤੋਂ ਪਹਿਲਾਂ ਅੱਜ ਵੀ 60,000 ਇਟਸ ਆਲਮੋਸਟ 60,000 ਦੀ ਜਿਹੜੀ ਉਹ ਟਿੱਪਰ ਜਿਹੜਾ ਟਿੱਪਰ ਸ਼੍ਰੋਮਣੀ ਔਰ ਉਹਨੇ ਗੱਲ ਕਹੀ ਦੇਖੋ ਰੇਟ ਜਦ ਸਸਤੇ ਹੋਣਗੇ ਤਾਂ ਫਿਰ ਠੇਕਾ ਵੀ ਸਸਤਾ ਜਾਊਗਾ ਸ਼੍ਰੋਮਣੀ ਅਕਾਲੀ ਦਲ ਵੇਲੇ ਠੀਕ ਹੈ ਇਹ ਗੱਲ ਕਹਿੰਦੇ ਠੇਕਾ ਘੱਟ ਆਇਆ ਮਗਰ ਰੇਟ ਵੀ ਸਭ ਤੋਂ ਘੱਟ ਸੀ ਇਹ ਤਾਂ ਤੁਸੀਂ ਅਖਬਾਰ ਵਾਲੇ ਵੀ ਲਿਖ ਚੁੱਕੇ ਹੋ ਉਹਦੇ ਬਾਅਦ ਰੇਟ ਵਧੇ ਅਤੇ ਕਾਂਗਰਸ ਵੇਲੇ ਠੇਕਾ ਵੀ ਵੱਧ ਗਿਆ ਹੁਣ ਤਾਂ ਨਾ ਰੇਟ ਵਧੇ ਨਾ ਲੈਣਾ ਨਾ ਦੇਣਾ ਹੁਣ ਉਹ ਤੋਂ ਵੱਧ ਕਿਉਂ ਹੋ ਗਏ ਕਾਂਗਰਸ ਨਾਲੋਂ ਵੀ ਵੱਧ ਹੁਣ ਕੌਣ ਪੈਸੇ ਖਾ ਰਿਹਾ ਉੱਥੇ ਮਿਲੀ ਭੁਗਦਾ ਤਾਂ ਮੈਂ ਰੌਲਾ ਪਾਉਂਦਾ ਠੀਕ ਹੈ ਜੀ ਉਹ ਦੇਖੋ ਮੈਂ ਆਪਦੀ ਗੱਲ 'ਤੇ ਕਮਿਟਮੈਂਟ ਹਾਂ ਨਾ ਚੌਧਰੀ ਨੂੰ ਥਾਂ ਲੱਭਣੀ ਹੈ ਭੱਜਣ ਦੀ ਨਾ ਚੰਨੀ ਨੂੰ ਛੱਲੇ ਨੂੰ ਲੱਭਣੀ ਹੈ ਭੱਜਣ ਦੀ ਮੈਂ ਜਦੋਂ ਵੀਡੀਓ ਜਨਤ ਕੀਤੀ ਕਈ ਇੱਥੇ ਵਿਕਟਾਂ ਡਿੱਗਣੀਆਂ ਨੇ ਔਰ ਨਾ ਝੰਡੇ ਨੂੰ ਜਵਾਬ ਆਉਣਾ ਕਿ ਇਹ ਵੀਡੀਓ ਵਾਲਿਆਂ ਨਾਲ ਇਹ ਕੀ ਕਰ ਰਿਹਾ ਕੋਰਟ 'ਚ ਇਹਨਾਂ ਦੇ ਹੱਕ 'ਚ ਜਾ ਕੇ ਸਰਕਾਰ ਕਿਉਂ ਭੁਗਤ ਰਹੀ ਆ ਕਮਜ਼ੋਰ ਕੇਸ ਕਿਉਂ ਪੇਸ਼ ਕਰ ਰਹੀ ਹੈ ਹਾਂ ਦਾ ਨਾਰਾ ਚੋਰਾਂ ਦੇ ਨਾਲ ਇੱਕ ਪਾਸੇ ਤੁਸੀਂ ਉਹਨੂੰ ਚੋਰ ਕਹਿ ਰਹੇ ਹੋ ਦੇਖੋ ਪਰਚਾ ਕਾਹਦਾ ਚੋਰੀ ਦਾ ਨਾ ਅਤੇ ਦੂਜੇ ਪਾਸੇ ਤੁਸੀਂ ਚੋਰਾਂ ਦੇ ਨਾਲ ਜਾ ਕੇ ਹੱਥ ਮਿਲਾ ਰਹੇ ਹੋ ਕੋਰਟ 'ਚ ਅਤੇ ਫਿਰ ਅਸਲ ਡਾਕੂ ਕੌਣ ਹੋਇਆ ਵਿਕਰਮ ਜੀ ਇੱਕ ਪਾਸੇ ਤਾਂ ਸਰਕਾਰ ਜਿਹੜੇ ਸਾਬਕਾ ਮੰਤਰੀਆਂ ਨੂੰ ਅੰਦਰ ਦੇ ਰਹੀ ਹੈ ਦੂਜੇ ਪਾਸੇ ਕੱਲ੍ਹ ਪਰਸੋਂ ਜੋ ਵੀ ਕਾਂਡ ਹੋਇਆ ਜੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਲਾਂਕਿ ਸੁਖਬੀਰ ਜੀ ਨੇ ਵੀ ਕੱਲ੍ਹ ਕਹਿਤਾ ਸੀ ਵੀ ਕਿ ਕੰਮ ਦੀ ਗੱਲ ਤੁਹਾਨੂੰ ਦੱਸਣ ਲੱਗਾ ਉਹ ਵੀਡੀਓ ਸੁਣਾਉਣੀ ਆ ਜੀ ਆਹ ਸੁਣ ਲਿਓ ਵੀਡੀਓ ਦੇਖੋ ਕੱਲ੍ਹ ਪਰਦਾ ਫਾਸ਼ ਤੁਹਾਡੀ ਪ੍ਰੈਸ ਨੇ ਵੀ ਕਰਤਾ ਕੰਪਲੇਨੈਂਟ ਕੌਣ ਪੰਚਾਇਤ ਪੈਸੇ ਲੈਂਦਿਆਂ ਦੀ ਆਡੀਓ ਮੈਂ ਆਪਦੇ ਪੇਜ 'ਤੇ ਸ਼ੇਅਰ ਕੀਤੀ ਹੈ ਜਿਸ 'ਚ ਐੱਮ ਐੱਲ ਏ ਨਾਲ ਬੈਠਿਆ ਸਰਕਿਟ ਹਾਊਸ ਪੰਚਾਇਤ ਨੂੰ ਕਿਹਨੇ ਸੱਦਿਆ ਗਰਗ ਨੇ ਉਸੇ ਕਮਰੇ 'ਚ ਗਰਗ ਦੇ ਨਾਲ ਐੱਮ ਐੱਲ ਏ ਸਾਹਿਬ ਕਿੱਥੋਂ ਪਹੁੰਚ ਗਏ ਆ ਬੈਠੇ ਇਕੱਠੇ ਇਹ ਕਿਵੇਂ ਇਕੱਠੇ ਹੋ ਗਏ ਔਰ ਤੁਸੀਂ ਕਾਨਵਰਸੇਸ਼ਨ ਸੁਣੋ ਕਾਨਵਰਸੇਸ਼ਨ ਸੁਣਾ ਟਾਈਮ ਦਿੱਤਾ ਜਾ ਰਿਹਾ ਕਿ ਸਰਕਿਟ ਹਾਊਸ ਮਿਲਾਂਗੇ ਸਾਰੀ ਮਿਲੀ ਭੁੱਖ ਚੱਲ ਰਹੀ ਹੈ ਅਤੇ ਇਹ ਬੰਦੇ ਨੂੰ ਤਾਂ ਐੱਮ ਐੱਲ ਏ ਨੂੰ ਤਾਂ ਭਜਾ ਤਾ ਪਿੱਛੋਂ ਪਿਛਲੇ ਦਰਵਾਜ਼ੇ ਤੋਂ ਜਦ ਐੱਮ ਐੱਲ ਏ ਆਪ ਕਹਿ ਰਿਹਾ ਕਿ ਹਾਂ 5,00,000 ਉਹਦੀ ਆਵਾਜ਼ ਆ ਰਹੀ ਹੈ ਮੈਂ ਤਾਂ ਆਵਾਜ਼ ਪਛਾਣਦਾ ਆ ਸੁਣ ਲਓ ਆਵਾਜ਼ ਮਿਲੀ ਭੁਗਤਾ ਸਿੰਗਲੇ ਦੇ ਕੇਸ 'ਚ ਸਰਾਰੀ ਦੇ ਕੇਸ 'ਚ ਇਸ ਕੇਸ 'ਚ ਸਾਹਮਣੇ ਆ ਰਹੀ 2 ਮਿੰਟ ਸੁਣਾ ਦੀ ਆਡੀਓ ਤਿਆਰ ਹੈ ਕਿ ਨਹੀਂ ਔਰ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਕੱਲ੍ਹ ਬੜੀ ਪਰਸਨਲ ਟਿੱਪਣੀ ਜੀ ਮੇਰੇ ਬਾਰੇ ਕੀਤੀ ਨਾ ਤੁਸੀਂ ਸੁਣੀ ਹੋਣੀ ਜੀ ਜੀ ਮੁੱਖ ਮੰਤਰੀ ਸਾਹਿਬ ਵੈਸੇ ਤਾਂ ਮੈਂ ਨਹੀਂ ਤੁਹਾਡੇ ਵਰਗਿਆਂ ਦੇ ਮੂੰਹ ਲੱਗਣਾ ਚਾਹੁੰਦਾ ਅਤੇ ਮੈਂ ਮਾਫ਼ੀ ਵੀ ਮੰਗਦਾ ਮਗਰ ਅੱਜ ਮੈਂ ਥੋੜ੍ਹੀ ਜਿਹੀ ਗੱਲ ਕਰੂੰਗਾ ਜਿਹੜੀ ਲੋਕ ਪੰਜਾਬ ਦੀ ਪੁੱਛਦੇ ਜੇ ਬੰਦਾ ਇਹਦੀ ਉਮਰ ਹਾਲੇ ਆਪਦੀ ਧੀ ਦਾ ਪੱਲਾ ਫੜਾਉਣ ਦਾ ਹੋਵੇ ਉਹ ਧੀ ਦਾ ਪੱਲਾ ਤਾਂ ਫੜਾਵੇ ਨਾ ਹੋਰ ਧੀ ਦੀ ਉਮਰ ਦਾ ਪੱਲਾ ਫੜ ਲਿਆਵੇ ਉਹ ਗੱਲਾਂ ਮੈਨੂੰ ਕਰੂਗਾ 40 ਗਨਮੈਨ ਤੂੰ ਦੇ ਦਿੱਤੇ ਬਦਲੇ ਦਿੱਤੇ ਫਿਰ ਇਸ ਲਈ ਇਹ ਗੱਲਾਂ ਨਾ ਕਰੋ ਮੁੱਦੇ ਦੀ ਗੱਲ ਕਰੋ ਮੈਂ ਮੁੱਦੇ ਦੀ ਗੱਲ ਕਰ ਰਿਹਾ ਮੈਂ ਦਸਤਾਵੇਜ਼ਾਂ ਨਾਲ ਗੱਲ ਕਰ ਰਿਹਾ ਮੇਰੇ 'ਤੇ ਜੇ ਮੈਨੂੰ ਕਹਿੰਦਾ ਨਾ ਰਿਪੋਰਟਾਂ ਖੁੱਲ੍ਹ ਜਾਣਗੀਆਂ ਜਾ ਜੇ ਆਪਦੇ ਤੂੰ ਪਿਓ ਦਾ ਖੋਰ ਰਿਪੋਰਟ ਦੇ ਮਜੀਠੀਏ 'ਤੇ ਕਾਰਵਾਈ ਪਰਚਾ ਮਜੀਠੀਆ ਇੱਥੇ ਝੱਲੂ ਇਹ ਕਮਾਲ ਦੀ ਗੱਲ ਹੈ ਜਿਹੜੀ ਰਿਪੋਰਟ ਤੁਹਾਡੇ ਮਤਲਬ ਸੀ ਉਹ ਖੋਲ੍ਹਤੀ ਬਾਕੀਆਂ ਨਹੀਂ ਖੋਲ੍ਹਦੇ ਮੈਨੂੰ ਕਿਸੇ ਰਿਪੋਰਟ ਦਾ ਕੋਈ ਚੜੀ ਲੱਥੀ ਨਹੀਂ ਸਾ ਜਿੱਤ ਸੱਚਾਈ ਦੀ ਹੋਣੀ ਹੈ ਪਹਿਲਾਂ ਵੀ ਰਿਪੋਰਟ ਦਾ ਫੈਸਲਾ ਹਾਈ ਕੋਰਟ ਨਹੀਂ ਦਿੱਤਾ ਨਾ ਕਹਿੰਦਾ ਬੇਲ 'ਤੇ ਆ ਜੀ ਇਹ ਪੁੱਛ ਕੇ ਬੋਲੇ ਕਿਉਂ ਤੈਨੂੰ ਪੁੱਛ ਕੇ ਬੋਲੂੰਗਾ ਹੁਣ ਮੈਂ ਵੇਖ ਕੇ ਬੋਲੇ ਤੇਰਾ ਸਤਿੰਦਰ ਜੈਨ ਤਾਂ ਅੰਦਰ ਪਿਆ ਉਹ ਬੋਲੀ ਜਾਵੇ ਜੋ ਮਰਜ਼ੀ ਮਜੀਠੀਆ ਪੁੱਛ ਕੇ ਬੋਲੇ ਕਿ ਤੇਰੇ ਤੋਂ ਮੈਨੂੰ ਹਰੀ ਚੰਡੀ ਲੈਣੀ ਪੈਣੀ ਆ ਹਾਈ ਕੋਰਟ ਨੇ ਦਿੱਤੀ ਆ ਤੇਰੇ ਭਾਪੇ ਕੇਜਰੀਵਾਲ ਨੇ ਨਹੀਂ ਮੈਨੂੰ ਬੇਲ ਦਿੱਤੀ ਉਹ ਤਾਂ ਰਿੜਕਾਂ ਐਨ ਲਿਲਕਰੀਆਂ ਕੱਢ ਕੇ ਮਾਫ਼ੀ ਮੰਗ ਕੇ ਗਿਆ ਸੀ ਠੋਕ ਕੇ ਬੋਲੂੰ ਸੱਚ ਬੋਲਦਾ ਬੇਖੌਫ ਹੋ ਕੇ ਬੋਲੂੰ ਅਤੇ ਜੋਧਰ ਜ਼ੋਰ ਲੱਗਦਾ ਝੰਡਿਆ ਜ਼ੋਰ ਲਾ ਲਾ ਉਹੀ ਝੰਡਾ ਨਾ ਤੂੰ ਜਿਹਨੂੰ ਮਜੀਠੀਏ ਨੇ ਟੋਲ ਟੈਕਸ 'ਚ ਜਦੋਂ ਤੂੰ 6 ਵਜੇ ਸਵੇਰੇ ਸ਼ਰਾਬ ਪੀਤੀ ਸੀ ਅਤੇ ਤੈਨੂੰ ਡੇਰਾਬਸੀ ਦੇ ਟੋਲ ਟੈਕਸ ਤੋਂ ਛਡਾਇਆ ਸੀ SSP ਨੂੰ ਕਹਿ ਕੇ ਅੱਜ ਮੈਨੂੰ ਗੱਲਾਂ ਕਰਦਾ ਇਸ ਲਈ ਮੈਂ ਇਹ ਪਰਸਨਲ ਗੱਲਾਂ ਕਰਨਾ ਨਹੀਂ ਚਾਹੁੰਦਾ ਕਿਸੇ ਬਾਰੇ ਮਗਰ ਜੇ ਤੁਸੀਂ ਪੰਜਾਬ ਦੀ ਗੱਲ ਛੱਡ ਕੇ ਪਰਸਨਲ ਮੁੱਦਿਆਂ 'ਤੇ ਆਉਂਗੇ
तो फिर भुगतनिया पैनिया बच के रहो। इस तो थोड़ा हटके सवाल है जी, पंजाब अल्कलाइज कैमिकल लिमिटेड का रौला पै रहा जी, भी 1000 करोड़ की अज ना करो, अज का कम सिर्फ तो सिर्फ राकेश चौधरी का धन्यवाद जिन्हें सच लोगों के अगे रखिया। कदों आप च शामिल होया, कदों छले नूं छड्डिया उहदी तरीक दस दे सानूं, ते किन्ने च गल मुक्की कि हाई कोर्ट च तू कहना मैं छड्ड के राजी है, कहिंदे नहीं असीं छड्डण नहीं देना तेनूं कम, तेरे तो कम क्यों कराउंदे आ, तू इन्हां नूं की दिंदा हुण माड़ा जिहा हौली देनी उह वी दस दे, ते कहिंदा मेरे ते परचा कोई नहीं, मैं तुहानूं तरीक वी दसदी कि हले तां हाई कोर्ट ने उह कोर्ट ने बेल वी नहीं दित्ती इहनूं, ते उह परचे च इकबाल सिंह दे नाल है, इसलिए झूठ का यह पर्दा फाश करना मकसद से और कुछ नहीं। थैंक यू।